ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦਾ ਵਲੋਗ ਕਰਦੇ ਹਾਂ ਜੀ ਸ਼ੁਰੂ। ਅੱਜ ਜਾਣਾ ਆਪਾਂ ਸ਼ਹਿਰ ਨੂੰ ਅਤੇ ਚੱਲਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਫਿਰ। ਅੱਛਾ, ਗੱਡੀ ਸਲਿੱਪ ਮਾਰੂਗੀ। ਨਿਕਲ ਗਈ, ਨਿਕਲ ਗਈ, ਨਿਕਲ ਗਈ। ਆਹ ਮੂੰਗੀ ਤਾਂ ਖਰਾਬ ਹੋ ਗਈ ਯਾਰ, ਮੀਂਹ ਪੈ ਗਿਆ ਉੱਤੇ। ਮੰਡੀਓ ਇੱਕ ਤਾਂ ਆਪਣੇ ਨਾ ਮੋਟਰ ਦੋ ਤਿੰਨ ਦਿਨਾਂ ਦੀ ਬੰਨੀ ਪਈ ਸੀਗੀ ਅਤੇ ਕਲੇਮ ਕਰਾਉਣੀ ਭੇਜੀ ਸੀ ਜਿਹੜੀ ਆਪਾਂ ਗੰਗਾ ਨਗਰ, ਅਤੇ ਉਹ ਆ ਗਈ ਆ, ਉਹ ਲਿਜਾਣੀ ਸੀਗੀ। ਅਤੇ ਬਾਕੀ ਡੈਡੀ ਹੋਣਾਂ ਦੀ ਦਵਾਈ ਲਿਜਾਣੀ ਸੀਗੀ ਅਤੇ ਦੋ ਤਿੰਨ ਕੰਮ ਹੋਰ ਸੀਗੇ ਅਤੇ ਉਹ ਕਰਨੇ ਸੀਗੇ ਅਤੇ ਕਰਦੇ ਹੁਣ ਆਪਾਂ। ਕੱਲ੍ਹ ਤਾਂ ਫਿਰ ਮੀਂਹ ਪੈਂਦਾ ਰਿਹਾ ਸਾਰਾ ਦਿਨ ਅਤੇ ਆ ਨਹੀਂ ਹੋਇਆ ਗਾ, ਅਤੇ ਅੱਜ ਆਏ ਹਾਂ। ਅਤੇ ਨਾਲੇ ਆਪਣੇ ਜਿਹੜੇ ਕੁੱਤੇ ਦੇ ਮਾਰੀ ਸੀ ਅੱਖ 'ਚ ਕਿਸੇ ਨੇ ਸੋਟੀ, ਅਤੇ ਉਹਦੇ ਵੀ ਦਵਾਈ ਲੈਣੀ ਆ, ਅਤੇ ਉਹਦੇ ਵੀ ਵਿਚਾਰੇ ਦੇ ਅੱਖ 'ਤੇ ਵਾਹਵਾ ਸੁੱਜੀ ਪਈ ਆ। ਮੰਡੀ ਦੇ ਵਿੱਚ ਹੋਰ ਤਾਂ ਕੋਈ ਨਹੀਂ, ਇੱਕ ਤਾਂ ਗਰਮੀ ਹੁੰਦੀ ਆ ਅਤੇ ਇੱਕ ਬਾਜ਼ਾਰ ਦੇ ਵਿੱਚ ਲੋਕ ਨਾ ਸਾਧਨ ਪਾਸੇ ਨਹੀਂ ਖੜ੍ਹਾ ਕਰਦੇ ਗੇ, ਵਿਚਾਲੇ ਖੜ੍ਹਾ ਕਰ ਦਿੰਦੇ ਆ, ਅਤੇ ਤਾਂ ਕਰਕੇ ਗੱਡੀ ਗੁੱਡੀ ਕੱਢਣੀ ਔਖੀ ਹੁੰਦੀ ਆ, ਅਤੇ ਇਹਦਾ ਬੜਾ ਪੰਗਾ ਪੈਂਦਾ ਆ। ਬੰਦਾ ਪਛਾਣੋ, ਦੇਖੋ ਪਤਲਾ ਹੋਇਆ ਪਿਆ ਨਾ ਅੱਗੇ ਨਾਲ। ਕਿਹੜੀ ਗੱਡੀ ਲਈ ਆ? ਵਧਾਈਆਂ ਪਾਰਟੀ, ਗੱਡੀ ਲੈ ਮੁੰਡਾ, ਹੁਣ ਪਾਰਟੀ ਲੈਂਦੇ ਆ ਇੱਥੋਂ। ਕੀ ਲਵੋ ਨਾ? ਹੋਰ ਕੀ ਆ ਲਿਆ? ਖੇਮੀ ਗੱਡੀ, ਵਾਹ ਵੀ ਵਾਹ, ਵਾਹ ਵੀ ਵਾਹ। ਵਿੱਚੋਂ ਕਿੱਦਾਂ ਦੀ ਆ? ਸਿਰਾ ਖੇਮੀ ਕੀ ਮਾਡਲ ਆ? 12 ਮਾਡਲ ਆ। ਗੈਸ ਤੇ ਆ ਕਿ ਠੀਕ ਆ? ਠੀਕ, ਦਾੜੀ ਕਟਾ ਲਈਏ, ਕਈ ਦਿਨਾਂ ਦੀ ਕਟਾਈ ਨਹੀਂ ਸੀ, ਅੱਜ ਮੰਡੀ ਆਏ ਆ, ਦਾੜੀ ਕਟਾ ਲਈਏ ਪਹਿਲਾਂ। ਓਏ ਦਾੜੀ ਕਟਾ ਲਈ ਆ, ਹੁਣ ਵਧੀਆ ਖਾਜ ਭੋਜਨ ਆਊਗੀ। ਹਾਂ ਭਰਾ ਕੁਟਾਈ ਆ। ਮੰਡੀਓਂ ਆ ਗਏ ਸੀਗੇ ਅਤੇ ਮੋਟਰ ਮੋਟਰ ਲਿਆਂਦੀ ਸੀਗੀ, ਦਿਖਾਉਣਾ ਮੈਂ ਤੁਹਾਨੂੰ, ਅਤੇ ਨਾਲੇ ਥੋੜ੍ਹ ਦੀ ਦਵਾਈ ਲਿਆਂਦੀ, ਦਿਖਾਉਣਾ ਮੈਂ ਤੁਹਾਨੂੰ ਮੋਟਰ। ਹਾਂ ਤੂੰ ਮੋਟਰ ਲਿਆਂਦੀ ਸੀਗੀ, ਇਹ ਕਿਤੇ ਨਾ ਦੋ ਫੇਸਾਂ 'ਤੇ ਚੱਲ ਗਈ ਸੀਗੀ ਅਤੇ ਕਿਤੇ ਇੱਕ ਅੱਧਾ ਫੇਸ ਖਰਾਬ ਹੋ ਗਿਆ ਸੀ, ਆ ਸਟਾਰਟਰ ਨੂੰ ਅੱਗ ਲੱਗ ਗਈ ਸੀਗੀ, ਦੋ ਫੇਸਾਂ 'ਤੇ ਚੱਲ ਗਈ ਸੀਗੀ, ਅਤੇ ਤਾਂ ਕਰਕੇ ਕੰਪਨੀ ਵਾਲੇ ਕਹਿੰਦੇ ਵੀ ਦੋ ਫੇਸਾਂ 'ਤੇ ਚੱਲੀ ਆ ਤਾਂ ਖਰਾਬ ਹੋਈ ਸੀਗੀ, ਅਤੇ ਗਰੰਟੀ ਸੀਗੀ ਉਹਨਾਂ ਨੇ ਬਦਲਤੀ ਆ, ਸਹੀ ਕਰਤੀ ਆਪਾਂ ਨੂੰ। ਹੁਣ ਕੱਲ੍ਹ ਨੂੰ ਜਾਂ ਪਰਸੋਂ ਨੂੰ ਮਿਸਤਰੀ ਸੱਦਾਂਗੇ ਅਤੇ ਪਾਵਾਂਗੇ। ਥੋਰ ਦੀ ਦਵਾਈ ਵੀ ਲਿਆਂਦੀ ਸੀ ਅੱਖ ਦੀ, ਇਹ ਹੁਣ ਪਾਉਂਦੇ ਆ ਥੋਰ ਦੇ, ਵਿਚਾਰਦੇ ਵਾਹਵਾ ਅੱਖ ਸੁੱਜੀ ਹੋਈ ਆ ਅਤੇ ਦਰਦ ਕਰਦੀ ਹੋਣੀ ਆ, ਹੁਣ ਲਾਉਂਦੇ ਆ ਉਹਦੇ। ਪਰ ਕਿੱਥੇ ਆਪਣਾ? ਉਹਨੂੰ ਬਾਜ ਮਾਰ ਫਿਰ ਆਪਾਂ ਦਵਾਈ ਲਾਈਏ। ਚੰਗਾ ਲਿਆ ਥਾ, ਹੋਰ ਨੂੰ ਲਿਆ, ਹੋਰ ਨੂੰ ਲੱਭਦੇ ਆ, ਉਹ ਪਤਾ ਨਹੀਂ ਕਿੱਧਰਲੇ ਪਾਸੇ ਚੱਲ ਗਿਆ, ਸ਼ਾਇਦ ਪਤਾ ਨਹੀਂ ਖੇਤ ਚੱਲ ਗਿਆ ਆ। ਅਤੇ ਆ ਰਹੀ ਦਵਾਈ ਦੇਖ ਲਾ, ਇੱਦਾਂ ਹੀ ਹੁਣ ਲੱਭਦੇ ਆ, ਪਤਾ ਨਹੀਂ ਕਿੱਧਰਲੇ ਸਾਈਡ ਗਿਆ ਆ, ਖੇਤ ਗਿਆ ਸੀ ਡੈਡੀ ਨਾਲ ਅਤੇ ਹੁਣ ਪਤਾ ਨਹੀਂ ਕਿੱਥੇ ਆ। ਹੋਰ ਲੱਭ ਗਿਆ, ਆ ਗਿਆ ਘਰੇ, ਅਤੇ ਹੁਣ ਲਾਉਂਦੇ ਆ ਦਵਾਈ ਉਹਦੇ, ਵਿਚਾਰਦੇ ਵਾਹਵਾ ਅੱਖ 'ਤੇ ਸੋਜ ਜੀ ਆਈ ਹੋਈ ਆ। ਅਤੇ ਸ਼ਾਮ ਹੋ ਗਈ ਆ ਜੀ, ਅਤੇ ਡੈਡੀ ਗਿਆ ਉੱਥੇ ਗੁਰਦੁਆਰੇ, ਆਪਣੇ ਡਿੱਗੀ ਪੱਟ ਹੋਈ ਜਾਂਦੀ ਆ ਅਤੇ ਟ੍ਰੈਕਟਰ ਲੈ ਗਿਆ ਕਰਾਹ ਮਾਰਨ, ਅਤੇ ਕਰਨ ਨੇ ਤਾਂ ਕਾਲਜੀ ਨੇ ਮੋਟਰਸਾਈਕਲ ਚਮਕਾਇਆ ਪਿਆ ਵੀ ਜਾਵਾਂਗੇ, ਮੈਨੂੰ ਕਹਿੰਦੇ ਮੰਡੀ ਜਾਣਾ ਆ। ਕਰਨ ਦੇ ਫੋਨ ਦੀ ਬੈਟਰੀ ਖਰਾਬ ਹੋ ਗਈ ਸੀਗੀ, ਚੱਲਦਾ ਨਹੀਂ ਸੀਗਾ, ਅਤੇ ਕਹਿੰਦਾ ਪਾਪਾ ਬੈਟਰੀ ਨਵੀਂ ਪਵਾ ਕੇ ਲਿਆਉਣੀ ਆ, ਤਾਂ ਕਰਕੇ ਚਮਕਾਇਆ ਪਿਆ, ਹੁਣ ਸਵੇਰੇ ਜਾਵਾਂਗੇ ਮੰਡੀ। ਆਹ ਜੀ ਗੁਰਦੁਆਰਾ ਸਾਡੇ ਪਿੰਡ ਦਾ, ਦੇਖੋ ਕਿੰਨਾ ਸੋਹਣਾ ਬਣਾਇਆ, ਆਹ ਦੇਖੋ ਆਹ ਗੁਰਦੁਆਰਾ ਆ, ਆਹ ਨਿਸ਼ਾਨ ਸਾਹਿਬ ਦੇਖੋ ਕਿੰਨਾ ਵਧੀਆ, ਇਹ ਜੈਕ ਵਾਲਾ ਆ ਨਿਸ਼ਾਨ ਸਾਹਿਬ, ਆਹ ਦੇਖੋ ਜੈਕ ਵਾਲਾ ਆ, ਇਹ ਜੈਕ ਨਾਲ ਹੀ ਲੈ ਜਾਂਦਾ ਅਤੇ ਜੈਕ ਨਾਲ ਹੀ ਫਿਰ ਜੇ ਚੋਲਾ ਸਾਹਿਬ ਚੜ੍ਹਾਉਣਾ ਹੁੰਦਾ ਤਾਂ ਫਿਰ ਥੱਲੇ ਕਰ ਲਈਦਾ ਆ ਅਤੇ ਫਿਰ ਚੜ੍ਹਾ ਦੇਈਦਾ ਆ। ਆਹ ਜੇ ਸੀ ਬੀ ਲੱਗੀ ਆ ਅਤੇ ਡਿੱਗੀ ਪੱਟੀ ਜਾਂਦੇ ਆ, ਆਹ ਡੈਡੀ ਹੋਣੀ ਖੜ੍ਹੇ ਆ, ਆਹ ਟ੍ਰੈਕਟਰ ਖੜ੍ਹਾ ਆਪਣਾ, ਆਹ ਜੇ ਸੀ ਬੀ ਲੱਗੀ ਆ,
ਆ ਡਿੱਗੀ ਪੱਟ ਹੋਈ ਜਾਂਦੀ ਬਾਬਾ ਡੂੰਗੀ ਪੱਟਦੀ ਆ ਕਿੰਨੇ ਫੁੱਟ ਪੱਟੀ ਗਈ ਆ ਅਜੇ 15 ਹੀ ਨਹੀਂ ਹੋਈ 15 ਬਹੁਤ ਡੂੰਗੀ ਕਰਾਈ ਜਾਂਦੇ ਆ ਉਹ ਫਿਰ ਐ ਨਾ ਪਿੰਡ ਦੇ ਦੀ ਸਲਾਹ ਦੇ ਨਾਲ ਹੀ ਆ ਨਾ ਨਾ ਆ ਪਹਿਲਾਂ ਬੰਦਿਆਂ ਨਾਲ ਲਾਈ ਸੀਗੀ ਪੱਟਣ ਤੇ ਫਿਰ ਡੈਡੀ ਹੋਣਾਂ ਨੇ ਜੀਸੀਬੀ ਮੰਗਾ ਲਈ ਆ ਇਹ ਪਹਿਲਾਂ ਤੁਸੀਂ ਪੜਦੇ ਸੀ ਹੱਥ ਨਾਲ ਕਿੰਨੇ ਫੁੱਟ ਪੜਦੀ ਸੀ चौड़ी ते 15 फुट डूंगी पटनी आ जेसी भी पट्टी जी डैडी करा न खिच खिच के करी जाता इधर न साइड से करी जाते मिट्टी आ सुखजीत सिंह की कोठी पै रही है आ अपने चाचा जी का घर आने ताया जी का घर आ गुरद्वारा साहब डैडी तो नहीं लगता करा तो हूँ मैं लाना करा लाए थे तो उत्थे फले वाहवा टाइम लग जाना डिग्गी पट्टन नू ते तां करके सवेरे लावांगे डैडी कहिंदा नेरा हो गया हुण आपां सवेरे लावांगे करा थोर दी अख हुण अगे नो ठीक आ थोर देखो हुण अख ठीक है अगे नालों तां कर आ देखो पानी निकलदा आ तो ठीक है अगे नालों बचा हो गया जे वीडियो वधिया लगदी हुंदी ते लाइक कर दिया करो शेयर कर दिया करो ते चैनल सबसक्राइब जरूर कर लिया करो ते नाल बैल आइकन नप लिया करो जे असीं नवीं वीडियो पावांगे तुहाडे को नोटिफिकेशन पहुँच जाया करूगा।